ਦੂਜੇ ਨਾਲ ਗੱਲਬਾਤ ਕਰਦੇ ਰਹੇ ਹਾਂ, ਇਕੱਠੇ ਪੜ੍ਹਦੇ ਸੀਗੇ ਇੱਥੇ, ਠੀਕ ਹੈ ਜੀ। ਅਤੇ ਹੌਲੀ ਹੌਲੀ ਰਿਲੇਸ਼ਨ 'ਚ ਆ ਗਏ ਜੀ, ਮੇਰੇ ਘਰ ਗੱਲ ਹੁੰਦੀ ਸੀਗੀ, ਮੇਰੇ ਘਰ ਵੀ ਜਾਂਦੀ ਰਹੀ ਕੁੜੀ, ਮਿਲਦੀ ਰਹੀ ਹੈ ਮੇਰੇ ਮਾਂ ਬਾਪ ਨੂੰ। ਮਤਲਬ ਸਾਡਾ ਡਿਸੀਜ਼ਨ ਜਿਹੜਾ ਸੀਗਾ ਵੀ ਇੱਥੇ ਤੱਕ ਸੀਗਾ ਕਿ ਹਾਂ ਅਸੀਂ ਵਿਆਹ ਕਰਾਉਣਾ ਇੱਕ ਦੂਜੇ ਨਾਲ। ਯੂਨੀਵਰਸਿਟੀ 'ਚ ਵੀ ਮੈਂ ਪੂਰੀ ਇਕੱਠੇ ਘੁੰਮਦੇ ਸੀਗੇ, ਸਵੇਰ ਦੀ ਰੋਟੀ ਤੋਂ ਲੈ ਕੇ ਰਾਤ ਦੀ ਰੋਟੀ ਤੱਕ ਇਕੱਠੇ ਖਾਂਦੇ ਸੀਗੇ ਅਸੀਂ। ਫੀਸਾਂ ਭਰੀਆਂ ਉਹਦੀਆਂ ਜੀ, ਐਡਮਿਸ਼ਨ ਫੀਸ, ਸਪਲੀ ਦੀਆਂ ਫੀਸਾਂ, ਫੋਨ ਦਵਾਇਆ ਜੀ, ਕੱਪੜੇ ਦਵਾਏ ਜੀ। ਤੁਸੀਂ ਕਿਉਂ ਕਿਹਾ ਕਿ 5 ਤੋਂ 6 ਲੱਖ ਮੇਰਾ ਖਰਚਾ ਗਿਆ ਅਤੇ ਹੁਣ ਮੈਨੂੰ ਚਾਹੀਦਾ ਵਾਪਸ? ਜਦੋਂ ਮੈਮ ਅਗਲੀ ਨੇ ਆ ਕੇ ਇਹ ਐਲੀਗੇਸ਼ਨ ਲਾਇਆ, ਮੈਨੂੰ ਯੂਨੀਵਰਸਿਟੀ ਦੇ ਵਿੱਚ ਰੋਕਿਆ ਹੈ ਨਾ, ਮੈਨੂੰ ਹਰਾਸ ਕੀਤਾ, ਮੈਨੂੰ ਧਮਕੀ ਦਿੱਤੀ। ਪਹਿਲੀ ਗੱਲ ਤਾਂ 1 ਮਹੀਨਾ ਹੋ ਗਿਆ ਸੀ ਇੱਕ ਦੂਜੇ ਨੂੰ ਮਿਲੇ ਨਹੀਂ ਜੀ, ਪੇਪਰਾਂ ਤੋਂ ਬਾਅਦ ਉਹ ਆਪਦੇ ਪਿੰਡ ਚਲੇ ਗਈ। ਮੈਂ ਕਿਹਾ ਅਸੀਂ ਤਾਂ ਬੜੇ ਕਲੋਜ਼ ਰਿਲੇਸ਼ਨ 'ਚ ਆ, ਸੀਰੀਅਸ ਰਿਲੇਸ਼ਨ ਹੈ ਸਾਡਾ। ਕਹਿੰਦੇ ਸਾਨੂੰ ਨਹੀਂ ਪਤਾ, ਪੁਲਿਸ ਕੁੜੀ ਨੇ ਆ ਕੇ ਜਿਹੜੀ ਹੈਗੀ ਦਰਖਾਸਤ ਦਿੱਤੀ ਹੈ, ਮੇਰੇ ਨਾਲ ਛੇੜਛਾੜ ਕੀਤੀ ਹੈ। ਮੈਂ ਕਿਹਾ ਜੀ ਇਸ ਤਾਂ ਮਹੀਨਾ ਹੋ ਗਿਆ, ਮਿਲੇ ਨਹੀਂ ਇੱਕ ਦੂਜੇ ਨੂੰ। ਪੂਰੀ ਯੂਨੀਵਰਸਿਟੀ ਸਾਹਮਣੇ ਮੇਰੇ ਫੋਟੋਆਂ ਵਾਇਰਲ ਹੋਈਆਂ ਜੀ, ਪੇਜਾਂ ਵਾਲਿਆਂ ਨੇ ਫੋਟੋਆਂ ਵਾਇਰਲ ਕੀਤੀਆਂ, ਮੇਰੇ ਮਾਂ ਬਾਪ ਦੀਆਂ ਫੋਟੋਆਂ ਵਾਇਰਲ ਹੋਈਆਂ ਏ, ਮੇਰੇ ਮਾਂ ਬਾਪ ਦੀ ਇੰਸਲਟ ਹੋਈ ਹੈ, ਇਕੱਲੇ ਇਕੱਲੇ ਅਖਬਾਰ ਵਾਲਿਆਂ ਨੇ ਖਬਰਾਂ ਲਾਈਆਂ ਨੇ। ਮੈਂ ਤਾਂ ਅੱਜ ਵੀ ਉਸ ਕੁੜੀ ਦਾ ਨਾਮ ਨਹੀਂ ਲੈ ਰਿਹਾ ਕਿਤੇ ਵੀ, ਕਿਉਂਕਿ ਉਹਦੀ ਇੱਜ਼ਤ ਕਿਤੇ ਖਰਾਬ ਨਾ ਹੋਵੇ, ਬਟ ਜਿਹੜੀ ਮੇਰੀ ਇੱਜ਼ਤ ਹੈ ਉਹਨੇ ਇੱਕ ਵਾਰ ਨਹੀਂ ਸੋਚਿਆ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਟੀਵੀ, ਮੈਂ ਹਾਂ ਨਿਰੂਪ ਜਲਵਾਲ। ਪੰਜਾਬੀ ਗੀਤਾਂ ਦੇ ਵਿਚਕਾਰ ਕੁੜੀਆਂ ਨੂੰ ਬਹੁਤ ਟੀਚਰਾਂ ਮਿਲਦੀਆਂ, ਲੇਕਿਨ ਅਸੀਂ ਬਹੁਤ ਵਾਰੀ ਸਵਾਲ ਪੁੱਛਦੇ ਸੀ ਅਤੇ ਗਾਇਕ ਹਮੇਸ਼ਾ ਇਹ ਕਹਿੰਦੇ ਸਨ ਕਿ ਕਿਤੇ ਨਾ ਕਿਤੇ ਅਸਲ ਜ਼ਿੰਦਗੀ ਦੇ ਵਿਚਕਾਰ ਸਾਡੇ ਨਾਲ ਇੰਝ ਹੋਇਆ ਹੈ, ਤਾਂ ਹੀ ਜੇ ਹੈ ਯਾਨੀ ਚੰਡੀਗੜ੍ਹ ਵਾਲੀ ਯਾਨੀ ਤੇਰੀ, ਕਰਾਗੇ ਹਥਿਆਰ ਦੇ ਖੜ੍ਹੇ, ਸਿਮਰਨ ਮੇਰੇ ਨਾਲ ਇੱਥੇ ਖੜ੍ਹੇ ਹੈ। ਇਹਨਾਂ ਦੀ ਆਸ਼ਕੀ ਦੀ ਕਹਾਣੀ ਹੈ, ਪ੍ਰੇਮ ਕਹਾਣੀ ਬਹੁਤ ਹੀ ਵੱਖਰੀ ਹੈਗੀ ਹੈ। ਪਹਿਲੇ ਕੁੜੀ ਨਾਲ ਦੋਸਤੀ ਅਤੇ ਉਸ ਤੋਂ ਬਾਅਦ ਬੜਾ ਖਰਚਾ ਖੁਰਚਾ ਕਰਤਾ ਅਤੇ ਫਿਰ ਪਰਚਾ ਵੀ ਹੋ ਗਿਆ। ਪਹਿਲੇ ਆਪਾਂ ਸਮਝਣਾ ਚਾਹਵਾਂਗੇ ਕਿ ਪਿਆਰ ਮੁਹੱਬਤ ਹੋਇਆ, ਇੰਨਾ ਕੁਛ ਹੋਇਆ, ਪੈਸਾ ਖਰਚਿਆ, ਫਿਰ ਤੁਸੀਂ ਜੇਲ੍ਹ ਕਿਵੇਂ ਪਹੁੰਚ ਗਏ? ਇਲੈਕਸ਼ਨ ਦਾ ਟਾਈਮ ਸਾਡੀ ਫਰੈਂਡਸ਼ਿਪ ਹੋਈ ਜੀ, ਉਹਦੇ ਮੈਨੂੰ ਮੈਸੇਜ ਆਏ, ਮੁਬਾਰਕਾਂ ਦਿੱਤੀਆਂ ਕਿ ਤੁਸੀਂ ਪਾਰਟੀ ਪ੍ਰਧਾਨ ਲੱਗੇ ਹੋ। ਉਦੋਂ ਤੋਂ ਸਾਡੀ ਗੱਲਬਾਤ ਹੋਣੀ ਸ਼ੁਰੂ ਹੋਈ, ਇੱਕ ਦੂਜੇ ਨੂੰ ਮਿਲੇ, ਉਹਦੇ ਭੈਣ ਨਾਲ, ਉਹਦੇ ਭਰਾ ਨਾਲ ਉਹਨੇ ਮਿਲਾਇਆ, ਆਪਣੇ ਮੰਮੀ ਨਾਲ ਮਿਲਾਇਆ, ਮੈਂ ਉਹਨਾਂ ਦੇ ਘਰ ਵੀ ਗਿਆ ਜੀ, ਹੈ ਨਾ, ਕਾਫੀ ਵਾਰ ਗਿਆ ਜੀ। ਅਤੇ ਮਿਲਦੇ ਰਹੇ ਇੱਕ ਦੂਜੇ ਨਾਲ, ਗੱਲਬਾਤ ਕਰਦੇ ਰਹੇ ਹਾਂ, ਇਕੱਠੇ ਪੜ੍ਹਦੇ ਸੀਗੇ ਇੱਥੇ, ਠੀਕ ਹੈ ਜੀ। ਅਤੇ ਹੌਲੀ ਹੌਲੀ ਰਿਲੇਸ਼ਨ 'ਚ ਆ ਗਏ ਜੀ, ਮੇਰੇ ਘਰ ਗੱਲ ਹੁੰਦੀ ਸੀਗੀ, ਮੇਰੇ ਘਰ ਵੀ ਜਾਂਦੀ ਰਹੀ ਕੁੜੀ, ਮਿਲਦੀ ਰਹੀ ਹੈ ਮੇਰੇ ਮਾਂ ਬਾਪ ਨੂੰ, ਉਹਦੇ ਭਰਾ ਵੀ ਮੇਰੇ ਘਰ ਆਉਂਦਾ ਰਿਹਾ, ਮੇਰੀ ਮੰਮੀ ਨਾਲ ਉਹਦੀ ਜਿਹੜੀ ਮਦਰ ਦੀ ਗੱਲ ਹੁੰਦੀ ਸੀਗੀ ਜੀ, ਫੋਨ 'ਤੇ ਕਦੇ ਕਦੇ ਗੱਲ ਹੁੰਦੀ, ਜਦੋਂ ਆਪਸ 'ਚ ਰਹਿੰਦੇ ਤਾਂ ਗੱਲ, ਫੋਨ ਕਰਨਾ ਉਹਦੇ ਮੰਮੀ ਨੇ ਗੱਲ ਕਰਨੀ। ਮਤਲਬ ਸਾਡਾ ਡਿਸੀਜ਼ਨ ਜਿਹੜਾ ਸੀਗਾ ਵੀ ਇੱਥੇ ਤੱਕ ਸੀਗਾ ਕਿ ਹਾਂ ਅਸੀਂ ਵਿਆਹ ਕਰਾਉਣਾ ਇੱਕ ਦੂਜੇ ਨਾਲ। ਯੂਨੀਵਰਸਿਟੀ 'ਚ ਵੀ ਮੈਂ ਪੂਰੀ ਇਕੱਠੇ ਘੁੰਮਦੇ ਸੀਗੇ, ਸਵੇਰ ਦੀ ਰੋਟੀ ਤੋਂ ਲੈ ਕੇ ਰਾਤ ਦੀ ਰੋਟੀ ਤੱਕ ਇਕੱਠੇ ਖਾਂਦੇ ਸੀਗੇ ਅਸੀਂ। ਇਹ ਜੋ ਦੋਸਤੀ ਹੋਈ, ਫਿਰ ਪਿਆਰ ਮੁਹੱਬਤ ਕਦ ਸ਼ੁਰੂ ਹੋਇਆ, ਪਿਆਰ ਦਾ ਇਕਰਾਰ ਕਦ ਸ਼ੁਰੂ ਹੋਇਆ ਅਤੇ ਕਦੋਂ ਕੀਤਾ? ਮੈਮ ਜਦੋਂ ਇਲੈਕਸ਼ਨਾਂ ਵਿੱਚ ਹੀ ਚੱਲਦੇ ਸੀਗੇ, ਉਦੋਂ ਹੀ ਇੱਕ ਦੂਜੇ ਨਾਲ ਰਿਲੇਸ਼ਨ 'ਚ ਆਏ ਇੱਕ ਦੂਜੇ ਨਾਲ ਜੀ। ਲਿਵਿੰਗ 'ਚ ਰਹਿੰਦੇ ਸੀ? ਨਹੀਂ ਨਹੀਂ, ਲਿਵਿੰਗ 'ਚ ਨਹੀਂ ਰਹੇ ਮੈਮ, ਉਹ ਆਪਦੇ ਘਰ ਰਹਿੰਦੀ ਸੀਗੀ, ਮੈਂ ਆਪਦੇ ਘਰ ਰਹਿੰਦਾ ਸੀਗਾ, ਇੱਥੇ ਇਕੱਠੇ ਰਹਿੰਦੇ ਸੀਗੇ ਯੂਨੀਵਰਸਿਟੀ 'ਚ ਜੀ। ਤਾਂ ਫਿਰ ਇਹ ਜੇ ਖਰਚਾ ਆ ਗਿਆ, ਕਿੰਨਾ ਕੁ ਖਰਚਾ ਆ ਗਿਆ ਤੁਹਾਡਾ? ਮੈਮ ਖਰਚਾ ਤਾਂ ਆਏ ਗਿਆ ਜੀ, 5-6 ਲੱਖ ਰੁਪਇਆ ਆ ਗਿਆ ਖਰਚਾ ਜੀ। ਇੰਨਾ ਕੀ ਖਰੀਦ ਕੇ ਦਿੱਤਾ, ਸੋਨਾ ਚਾਂਦੀ ਕੀ ਦਿੱਤਾ? ਮੈਮ ਖਰਚਾ ਇਸ ਤਰ੍ਹਾਂ ਦਾ ਹੋਇਆ ਵੀ ਫੀਸਾਂ ਭਰੀਆਂ ਉਹਦੀਆਂ ਜੀ। ਅੱਛਾ। ਐਡਮਿਸ਼ਨ ਫੀਸ, ਸਪਲੀ ਦੀਆਂ ਫੀਸਾਂ, ਫੋਨ ਦਵਾਇਆ ਜੀ, ਕੱਪੜੇ ਦਵਾਏ ਜੀ, ਹੈ ਨਾ, ਖਾਣੇ ਪੀਣੇ ਦਾ ਖਰਚਾ ਹੋ ਗਿਆ ਜੀ। ਜਦੋਂ ਆਪਣੇ ਪਿੰਡ ਜਾਂਦੀ ਸੀਗੀ, ਉਹਨੂੰ ਜਿੰਨੀ ਵਾਰ ਵੀ ਉਹਨੇ ਜਾਣਾ, ਉੱਨੀ ਵਾਰ ਉਹਨੇ ਛੱਡਣ ਜਾਣਾ ਜੀ। 200-300 ਕਿਲੋਮੀਟਰ 'ਤੇ ਉਹਦਾ ਪਿੰਡ ਪੈਂਦਾ ਸੀਗਾ ਜੀ, ਜਿੰਨੀ ਵਾਰ ਵੀ ਗਈ ਹੈ ਅਕਤੂਬਰ ਤੋਂ ਬਾਅਦ, ਉਹ ਹਾਰਡਲੀ 1-2 ਵਾਰ ਹੈ ਜਿਹੜਾ ਹੁਣ ਨਹੀਂ ਗਈ ਹੈਗੀ ਮੇਰੇ ਨਾਲ, 19 ਵਾਰ ਮੈਂ ਛੱਡਣ ਗਿਆ ਜੀ, ਮੈਂ ਹੀ ਲੈ ਕੇ ਆਉਂਦਾ ਰਿਹਾ ਜੀ ਉਹਨੂੰ। ਲੇਕਿਨ ਅਜਿਹਾ ਕੀ ਹੋ ਗਿਆ, ਕਿਉਂਕਿ ਸਾਰੇ ਸਮਝਣਾ ਚਾਹਣਗੇ ਜੋ ਦੈਨਿਕ ਸਵੇਰਾ ਦੇ ਦਰਸ਼ਕ ਨੇ, ਦੋਸਤੀ ਹੋਈ, ਪਿਆਰ ਮੁਹੱਬਤ ਹੋਇਆ, ਖਰਚਾ ਵੀ ਤੁਸੀਂ ਕੀਤਾ, ਲੇਕਿਨ ਹੁਣ ਇਸ ਖਰਚੇ ਤੋਂ ਬਾਅਦ ਇਹ ਜੀ ਸਥਿਤੀ ਆਈ ਜਿੱਥੇ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਇਹ ਵੀ ਕੀਤਾ ਉਹ ਵੀ ਕੀਤਾ, ਜੋ ਗਿਣਾ ਤੁਸੀਂ ਰਹੇ ਹੋ, ਕਹਿੰਦੇ ਕਿ ਪਿਆਰ ਦੇ ਵਿਚਕਾਰ ਮਤਲਬ ਸਹੇਲੀ ਹੋਵੇ ਜਾਂ ਬੀਵੀ ਹੋਵੇ ਜਾਂ ਬੱਚੇ ਹੋਵੇ, ਆਪਾਂ ਗਿਣਾਉਂਦੇ ਨਹੀਂ ਹੈਗੇ ਕਿ ਕਿੰਨਾ ਕਰਤਾ, ਪਰ ਇਹ ਕਿੱਥੋਂ ਸ਼ੁਰੂ ਹੋ ਗਿਆ? ਤੁਸੀਂ ਕਿਉਂ ਕਿਹਾ ਕਿ 5-6 ਲੱਖ ਮੇਰਾ ਖਰਚਾ ਗਿਆ ਅਤੇ ਹੁਣ ਮੈਨੂੰ ਚਾਹੀਦਾ ਵਾਪਸ? ਜਦੋਂ ਮੈਮ ਅਗਲੀ ਨੇ ਆ ਕੇ ਇਹ ਐਲੀਗੇਸ਼ਨ ਲਾਇਆ ਕਿ ਮੈਨੂੰ ਯੂਨੀਵਰਸਿਟੀ ਦੇ ਵਿੱਚ ਰੋਕਿਆ, ਹੈ ਨਾ, ਮੈਨੂੰ ਹਰਾਸ ਕੀਤਾ, ਮੈਨੂੰ ਧਮਕੀ ਦਿੱਤੀ। ਪਹਿਲੀ ਗੱਲ ਤਾਂ 1 ਮਹੀਨਾ ਹੋ ਗਿਆ ਸੀ ਇੱਕ ਦੂਜੇ ਨੂੰ ਮਿਲੇ ਨਹੀਂ ਜੀ, ਪੇਪਰਾਂ ਤੋਂ ਬਾਅਦ ਉਹ ਆਪਦੇ ਪਿੰਡ ਚਲੇ ਗਈ, ਪਿੰਡ ਤੋਂ 9 ਤਰੀਕ ਨੂੰ ਮੇਰੇ 9 ਜਾਂ 10 ਜੂਨ ਨੂੰ ਆਪਦੇ ਪਿੰਡ ਗਈ ਹੈ ਜੀ ਉਹ, ਅਤੇ 7 ਜਾਂ 8 ਜੂਨ ਨੂੰ ਉਹ ਵਾਪਸ ਜੁਲਾਈ ਨੂੰ ਵਾਪਸ ਆਈ ਹੈ, ਅਤੇ 12 ਤਰੀਕ ਨੂੰ ਆ ਕੇ ਉਹਨੇ ਮੈਨੂੰ ਕਾਲ ਕੀਤੀ ਹੈ ਕਿ ਤੈਨੂੰ ਮਿਲਣਾ ਹੈ ਕਿੱਥੇ ਆ, ਨੋਰਮਲੀ ਗੱਲ ਹੋਈ ਹੈ। ਮੈਂ ਕਿਹਾ ਮੈਂ ਆਪਦੇ ਘਰ ਸੀਗਾ, ਮੈਂ ਖਰੜ ਸੀਗਾ, ਮੈਂ ਕਟਿੰਗ ਕਰਵਾ ਰਿਹਾ ਸੀਗਾ, ਮੈਂ ਦਾੜੀ ਕਟਿੰਗ ਕਰਵਾ ਰਿਹਾ, ਤਾਂ ਮੈਂ ਕਿਹਾ ਮੈਨੂੰ ਟਾਈਮ ਲੱਗ ਜਾਣਾ, ਕਹਿੰਦੀ ਮੈਂ ਤਾਂ 1 ਨੰਬਰ ਗੇਟ 'ਤੇ ਖੜੀ ਹਾਂ, ਤੂੰ ਆਇਆ ਨਹੀਂ। ਮੈਂ ਕਿਹਾ ਤੂੰ ਅੱਜ ਆਪਣੇ ਆਪ ਹੀ ਆ ਗਈ,
ਜਦੋਂ ਮਤਲਬ ਘਰ ਤੋਂ ਉਹਨੇ ਆਉਣਾ ਮੈਨੂੰ ਕਾਲ ਕਰ ਦੇਣੀ ਕਿ ਆ ਜਾ ਲੈਣ ਮੈਂ ਬੱਸ ਸਟੈਂਡ 'ਤੇ ਆ ਗਈ ਹਾਂ ਜਦੋਂ ਇੱਥੋਂ ਜਾਣਾ ਘਰ ਛੱਡਣ ਮੈਂ ਆਪਦੇ ਘਰ ਨੂੰ ਚਲੇ ਜਾਣਾ ਉਹਨੇ ਆਪਦੇ ਘਰ ਉੱਤਰ ਜਾਣਾ ਜਾਂਦੀ ਹੋਈ ਨੇ ਅਤੇ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਵੇਟ ਕਰ ਲਾ ਮੈਂ ਆ ਗਿਆ ਜਦੋਂ ਮੈਂ ਇੱਥੇ ਆਇਆ ਉਹਨੂੰ 1:30 ਦਾ ਟਾਈਮ ਸੀਗਾ 1:35 ਦਾ ਅਤੇ ਕਾਲ 'ਤੇ ਕਾਲ ਕੀਤੀ ਕਾਲ ਵੇਟਿੰਗ 'ਤੇ ਆਈ ਗਈ ਕਾਲ ਵਾਰ ਵਾਰ ਕਾਲ ਕੀਤੀ ਚਲੋ ਮੈਂ ਆਪਦੇ ਇੱਕ ਦੋ ਕੰਮ ਸੀਗੇ ਉਹਨੇ ਵੇਟਣ ਲੱਗ ਗਿਆ ਇੱਥੇ ਯੂਨੀਵਰਸਿਟੀ 'ਚ ਉਸ ਤੋਂ ਬਾਅਦ ਫਿਰ ਕਾਲ ਕੀਤੀ ਕਹਿੰਦੀ 24 ਸੈਕਟਰ ਆ ਜਾ ਮਿਲਣਾ 24 ਲਾਈਟਾਂ 'ਤੇ ਖੜੀਆਂ ਮੈਂ ਕਿਹਾ ਵੀ 24 'ਚ ਤਾਂ ਆਪਾਂ ਕਦੇ ਗਏ ਨਹੀਂ ਵੀ ਨਾ ਉੱਥੇ ਕੋਈ ਮਾਰਕੀਟ ਹੈ ਨਾ ਕੋਈ ਖਾਣੇ ਪੀਣੇ ਵਾਲੀ ਮਾਰਕੀਟ ਹੈ ਨਾ ਕੋਈ ਕੱਪੜੇ ਵਾਲੀ ਮਾਰਕੀਟ ਹੈ ਮੈਂ ਕਿਹਾ ਜ਼ਿਆਦਾ ਗਏ ਆ 15, 22, 19 ਹੈ ਨਾ ਜਾਂ ਕਿਤੇ ਹੋਰ ਪਹਿਲਾਂ ਮੌਲ ਵਗੈਰਾ ਗਏ ਜਿੱਥੇ ਗਏ ਹਾਂ ਮੈਂ ਕਿਹਾ ਵੀ ਉੱਥੇ ਕੀ ਹੈ ਕਹਿੰਦੀ ਆ ਜਾ ਮੇਰੀ ਭੈਣ ਨੂੰ ਕੰਮ ਹੈ ਕੋਈ ਮੈਂ ਕਿਹਾ ਚੱਲ ਠੀਕ ਹੈ ਕੋਈ ਨਹੀਂ ਮੈਂ ਆਇਆ ਮੈਂ UIT ਵਾਲੇ ਲਾਈਟਾਂ ਦੇ ਗਿਆ ਉੱਥੇ ਵੀ ਨਹੀਂ ਸੀਗੀ ਉਸ ਤੋਂ ਅੱਗੇ ਵਾਲਾ ਚੌਂਕ ਗਿਆ ਉੱਥੇ ਵੀ ਨਹੀਂ ਸੀਗੀ ਫਿਰ ਗੱਡੀ ਦਾ ਯੂ ਟਰਨ ਲੈ ਕੇ ਮੈਂ ਜਿਹੜਾ ਸੀਗਾ ਆਇਆ ਦੁਬਾਰਾ 24 ਵਾਲੀ ਮਾਰਕੀਟ ਦੇ ਵਿੱਚ ਵੜਿਆ ਜਦੋਂ 23 ਵਾਲੀ ਸਾਈਡ ਤੋਂ ਆਉਂਦੇ ਆਪਾਂ ਉਦੋਂ ਕਾਲ ਕੀਤੀ ਵੀ ਹਾਂਜੀ ਵੀ ਕਿੱਥੇ ਹੋ ਅਤੇ ਫਿਰ ਨਹੀਂ ਫੋਨ ਚੱਕਿਆ ਮੇਰਾ ਫਿਰ ਦੁਬਾਰਾ ਫੋਨ ਚੱਕਿਆ ਮੈਂ ਕਿਹਾ ਤੂੰ ਬੇਵਕੂਫ ਬਣਾਈ ਜਾਂਦੀ ਹੈ ਕਿੱਥੇ ਆ ਮੈਂ ਵੇਟ ਕਰ ਰਿਹਾ ਕਹਿੰਦੀ ਮੋਟੂਥ ਫਾਈਨਾਂਸ ਅੱਗੇ ਆ ਜਾ ਮੈਂ ਮੋਟੂਥ ਫਾਈਨਾਂਸ ਅੱਗੇ ਗਿਆ ਜੀ ਮੈਂ ਜਾ ਕੇ ਜਸਟ 1 ਮਿੰਟ ਵੀ ਨਹੀਂ ਹੋਇਆ ਮੈਨੂੰ ਹਾਰਡਲੀ 25-30 ਸੈਕਿੰਡ ਹੋਏ ਹੋਣੇ ਗੱਡੀ ਖੜਾਈ ਪੁਲਿਸ ਵਾਲਿਆਂ ਨੇ ਟਰੈਪ ਲਵਾਇਆ ਹੋਇਆ ਤਾਂ ਪੁਲਿਸ ਵਾਲੇ ਭੱਜ ਕੇ ਆਏ ਜੀ ਆ ਕੇ ਮੇਰੀ ਗੱਡੀ 'ਚ ਬੈਠ ਗਏ ਜਿਵੇਂ ਕਿਸੇ ਬਹੁਤ ਵੱਡੇ ਗੈਂਗਸਟਰ ਨੂੰ ਨਹੀਂ ਫੜਦੇ ਹੁੰਦੇ ਵੀ ਟਰੈਪ ਲੱਗਿਆ ਹੋਇਆ ਕਿ ਬਹੁਤ ਵੱਡਾ ਮੁਸਲਿਮ ਆ ਗਿਆ ਕੋਈ ਆਏ ਪੁਲਿਸ ਵਾਲੇ ਗੱਡੀ ਜਾ ਕੇ ਬੈਠ ਗਏ ਸਿਵਲ ਡਰੈਸ 'ਚ ਸੀਗੇ ਮੈਂ ਪੁੱਛਿਆ ਭਾਅ ਜੀ ਕੌਣ ਤੁਸੀਂ ਕਹਿੰਦੇ ਮੁਲਾਜ਼ਮ ਮੈਂ ਕਹਿੰਦਾ ਦੱਸੋ ਵੀ ਮੁਲਾਜ਼ਮ ਆਈ ਕਾਰਡ ਦਿਖਾਓ ਉਹਨੇ ਆਈ ਕਾਰਡ ਦਿਖਾਇਆ ਆਪਦਾ ਵੀ ਹਾਂ ਅਤੇ ਮੈਨੂੰ ਕਹਿੰਦੇ ਥਾਣੇ ਜਾਣਾ ਕੰਪਲੇਂਟ ਆਈ ਹੈ ਮੈਂ ਕਿਹਾ ਠੀਕ ਹੈ ਜੀ ਚੱਲਦੇ ਹਾਂ ਮੈਂ ਥਾਣੇ ਗਿਆ ਮੈਨੂੰ 8:30 ਵਜੇ ਤੱਕ ਉਹਨਾਂ ਨੇ ਮੇਰਾ ਫੋਨ ਵਗੈਰਾ ਏਅਰਪੋਰਟ ਵਗੈਰਾ ਮੇਰੀ ਗੱਡੀ ਦੀ ਚਾਬੀ ਮੇਰਾ ਜੋ ਵੀ ਸਮਾਨ ਸੀਗਾ ਮੇਰੇ ਕੋਲ ਤਾਂ ਉਹਨੇ ਆਪਣੇ ਕੋਲ ਲੈ ਕੇ ਰੱਖ ਲਿਆ ਜੀ ਮੈਨੂੰ ਕੋਈ ਚੀਜ਼ ਨਹੀਂ ਦਿੱਤੀ ਫਿਰ ਮੈਂ ਆਪਦੇ ਘਰਦਿਆਂ ਨਾਲ ਕੰਟੈਕਟ ਕੀਤਾ ਉਸ ਚੀਜ਼ ਬਾਰੇ ਹੈ ਨਾ ਚਲੋ ਗੱਲ ਕੀਤੀ ਮੇਰੀ ਇੱਕ ਵਾਰ ਘਰਦਿਆਂ ਨਾਲ ਗੱਲ ਕਰਾਈ ਵੀ ਉਹਨਾਂ ਨੇ ਫਿਰ ਮੇਰੇ ਬ੍ਰਦਰ ਆ ਜਿਹੜਾ ਮੇਰੇ ਮਦਰ ਨੂੰ ਲੈ ਕੇ ਆਇਆ ਨਾਲ ਮੈਂ ਉੱਥੇ ਪੁੱਛਿਆ ਵੀ ਕੀ ਗੱਲ ਹੋਈ ਹੈ ਮੇਰੇ 'ਤੇ ਕਿਹੜਾ ਪਰਚਾ ਵੀ ਕਿਹਨੇ ਕਹਿਤਾ ਅਤੇ ਕਹਿੰਦੇ ਕਿਸੇ ਕੁੜੀ ਨਾਲ ਛੇੜਛਾੜ ਕੀਤੀ ਹੈ ਤੂੰ ਮੈਂ ਕਿਹਾ ਵੀ ਮੈਂ ਕਿਹੜੀ ਕੁੜੀ ਨਾਲ ਛੇੜਛਾੜ ਕਰਤੀ ਮੈਨੂੰ ਤਾਂ ਦੱਸੋ ਅਤੇ ਕਹਿੰਦੇ ਸਾਨੂੰ ਨਹੀਂ ਪਤਾ ਕਾਫੀ ਦੇਰ ਪੁੱਛਣ ਤੋਂ ਬਾਅਦ ਫਿਰ ਉਹਨਾਂ ਨੇ ਦੱਸਿਆ ਵੀ ਇਸ ਕੁੜੀ ਨੇ ਕੀਤੀ ਹੈ ਮੈਂ ਕਿਹਾ ਇਸ ਤਾਂ ਬੜੇ ਕਰੋਲ ਰਿਲੇਸ਼ਨ 'ਚ ਆ ਸੀਰੀਅਸ ਰਿਲੇਸ਼ਨ ਹੈ ਸਾਡਾ ਕਹਿੰਦੇ ਸਾਨੂੰ ਨਹੀਂ ਪਤਾ ਪਰ ਉਸ ਕੁੜੀ ਨੇ ਅੱਗੇ ਜਿਹੜੀ ਹੈਗੀ ਦਰਖਾਸਤ ਦਿੱਤੀ ਹੈ ਮੇਰੇ ਨਾਲ ਛੇੜਛਾੜ ਕੀਤੀ ਹੈ ਮੈਂ ਕਿਹਾ ਜੀ ਇਸ ਤਾਂ ਮਹੀਨਾ ਹੋ ਗਿਆ ਮਿਲੇ ਨਹੀਂ ਇੱਕ ਦੂਜੇ ਨੂੰ ਉਲਟਾ ਉਹਨੇ ਤਾਂ ਮੈਨੂੰ ਇੱਥੇ ਬੁਲਾਇਆ ਹੈ ਇੱਕ ਖਟਾਸ ਕਿਵੇਂ ਆਈ ਹੈ ਪਰ ਰਿਸ਼ਤੇ 'ਚ ਖਟਾਸ ਕਿਵੇਂ ਆ ਗਈ ਤਾਂ ਮੈਮ ਰਿਸ਼ਤੇ 'ਚ ਖਟਾਸ ਨਾ ਜਦੋਂ ਉਹ ਕਿਸੇ ਨਾਲ ਮਤਲਬ ਅਨਨੋਨ ਬੰਦੇ ਨਾਲ ਗੱਲ ਕਰਨੀ ਕਿਸੇ ਨਾਲ ਜਦੋਂ ਆਪਾਂ ਸਨੈਪਚੈਟ 'ਤੇ ਸਟ੍ਰੀਕਾਂ ਭੇਜਣੀਆਂ ਇੰਸਟਾਗ੍ਰਾਮ 'ਤੇ ਗੱਲ ਕਰਨੀ ਆ ਜਦੋਂ ਤੁਸੀਂ ਇੱਕ ਬੰਦੇ ਨੂੰ ਆਪਦੀ ਫੈਮਿਲੀ ਨਾਲ ਮਿਲਾ ਚੁੱਕੇ ਹੋ ਕੋਈ ਦੂਜਾ ਬੰਦਾ ਤੁਹਾਡੀ ਫੋਟੋ 'ਤੇ ਗਲਤ ਕਮੈਂਟ ਕਰੂਗਾ ਜਾਂ ਕੁਛ ਐਵੇਂ ਦੀ ਵਰਡਿੰਗ ਯੂਜ਼ ਕਰੂਗਾ ਤੁਸੀਂ ਉਹਦੇ ਨਾਲ ਉੱਪਰੋਂ ਉਹਨੂੰ ਰੋਕਣ ਦੀ ਬਜਾਏ ਹੈ ਨਾ ਉੱਪਰੋਂ ਉਹਨੂੰ ਐਪਰੀਸ਼ੀਏਟ ਕਰੋਗੇ ਜਾਂ ਉਹਦੇ ਕਮੈਂਟ ਦਾ ਜਵਾਬ ਦਿਉਂਗੇ ਤਾਂ ਉੱਥੋਂ ਕੋਈ ਵੀ ਬੰਦਾ ਹੋਵੇ ਚਾਹੇ ਹਸਬੈਂਡ ਵਾਈਫ ਦਾ ਰਿਲੇਸ਼ਨ ਹੋਵੇ ਜੀ ਚਾਹੇ ਉਹ ਬਾਪ ਆਪਣੀ ਧੀ ਨੂੰ ਪੁੱਛੇ ਜੀ ਚਾਹੇ ਇੱਕ ਬੋਏਫ੍ਰੈਂਡ ਗਰਲਫ੍ਰੈਂਡ ਨੂੰ ਪੁੱਛੇ ਜੀ ਉੱਥੇ ਹੱਕ ਮੰਨ ਦਾ ਪੁੱਛਣ ਦਾ ਵੀ ਇਹ ਬੰਦਾ ਕਿਉਂ ਕਰ ਰਿਹਾ ਜੀ ਤੂੰ ਇਹਨਾਂ ਕਿਉਂ ਗੱਲ ਕਰਦੀ ਹੈ ਠੀਕ ਹੈ ਤੂੰ ਪੁਰਾਣਾ ਰਿਲੇਸ਼ਨ ਸੀਗਾ ਉਸ ਮੁੰਡੇ ਨਾਲ ਠੀਕ ਹੈ ਹੁਣ ਨਹੀਂ ਹੈਗਾ ਹੁਣ ਤੇਰਾ ਮੇਰੇ ਨਾਲ ਰਿਲੇਸ਼ਨ ਹੈ ਤੇਰੇ ਘਰਦਿਆਂ ਨੂੰ ਪਤਾ ਮੇਰੇ ਘਰਦਿਆਂ ਨੂੰ ਪਤਾ ਹੈ ਠੀਕ ਹੈ ਨਾ ਉੱਥੋਂ ਤੱਕ ਠੀਕ ਹੈ ਤੂੰ ਹੁਣ ਦੁਬਾਰਾ ਉਸ ਚੀਜ਼ ਨੂੰ ਅੱਗੇ ਕਿਉਂ ਲੈ ਕੇ ਆ ਰਹੀ ਹੈ ਤੂੰ ਇਹਦੇ ਨਾਲ ਗੱਲ ਕਰਨਾ ਬੰਦ ਕਰ ਦੇ ਫਿਰ ਰੂਡਲੀ ਬੋਲਣਾ ਮੇਰਾ ਦੋਸਤ ਹੈ ਵੀ ਜੇ ਦੋਸਤ ਹੈ ਤਾਂ ਫਿਰ ਪਹਿਲਾਂ ਕਿ ਛੱਡਿਆ ਫਿਰ ਇਹ ਵੀ ਹੋ ਸਕਦਾ ਨਾ ਸਾਹਮਣੇ ਤੋਂ ਮੁੰਡਾ ਗਏ ਕਿ ਯਾਰ ਬੰਦੀ ਮੇਰੇ ਨਾਲ ਆਲਰੇਡੀ ਗੱਲਬਾਤ ਕਰਦੀ ਤੂੰ ਪਿੱਛੇ ਹਟ ਜਾ ਮੈਂ ਕਿਵੇਂ ਹਟੇ ਨਹੀਂ ਉਦਾਂ ਹੁੰਦਾ ਦੋ ਮੁੰਡਿਆਂ ਦੀ ਲੜਾਈ ਉਦਾਂ ਸਾਹਮਣੇ ਵਿੱਚ ਲੜਾਈ ਦੇ ਵਿੱਚ ਦੋ ਮੁੰਡਿਆਂ ਦੀ ਲੜਾਈ ਹੁੰਦੀ ਹੈ ਨਾ ਕੁੜੀ ਤਾਂ ਸਾਈਡ 'ਤੇ ਹੋ ਜਾਂਦੀ ਹੈ ਮੁੰਡੇ ਆਪਸ 'ਚ ਲੜਨ ਜੀ ਮਰ ਜਾਣ ਇੱਕ ਦੂਜਾ ਪਰਚਾ ਹੋ ਜਾਵੇ ਭੁਗਤ ਦੇ ਮਾਂ ਬਾਪ ਹੈ ਕੁੜੀ ਤਾਂ ਇੱਕ ਸਾਈਡ ਹੋ ਕੇ ਚਲੇ ਜਾਂਦੀ ਹੈ ਕੁੜੀ ਕਿਸੇ ਤੀਸਰੇ ਕੋਲ ਚਲੇ ਜੂਗੀ ਚੌਥੇ ਕੋਲ ਚਲੇ ਜੂਗੀ ਹੋ ਸਕਦਾ ਵਿਆਹ ਕਰ ਦੇਣ ਘਰ ਦੇ ਠੀਕ ਹੈ ਨਾ ਆਪ ਨੁਕਸਾਨ ਤਾਂ ਦੋਨੇ ਸਾਈਡ ਮੁੰਡਿਆਂ ਦਾ ਹੋਇਆ ਨਾ ਜਦੋਂ ਇਹ ਚੀਜ਼ ਨੂੰ ਰੋਕਿਆ ਵੀ ਤੂੰ ਕਿਉਂ ਕਰਦੀ ਹੈ ਯਾਰ ਰੂਡਲੀ ਬੋਲਣਾ ਨੰਬਰ ਬਲੌਕ ਲਿਸਟ 'ਚ ਪਾ ਦੇਣਾ ਹੈ ਨਾ ਫਿਰ ਜਦੋਂ ਆਪਦੀ ਲੋੜ ਹੋਣੀ ਉਦੋਂ ਕਾਲ ਕਰ ਲੈਣੀ ਵੀ ਮੈਂ ਬਾਜ਼ਾਰ ਚੱਲੀ ਹਾਂ ਮੈਂ ਆਹ ਚੀਜ਼ ਲੈਣੀ ਹੈ ਯਾਰ ਗੂਗਲ ਪੇ ਕਰ ਦੇ ਤੁਸੀਂ ਕਰ ਦਿੰਦੇ ਸੀਗੇ ਹਾਂਜੀ ਮੈਂ ਕੀਤੀਆਂ ਮੇਰੇ ਕੋਲ ਟ੍ਰਾਂਜੈਕਸ਼ਨਾਂ ਪਈਆਂ ਸਾਰੀਆਂ ਜੀ ਤੇ ਫਿਰ ਤੁਸੀਂ ਇਹ ਸਾਰੀ ਚੀਜ਼ਾਂ ਦਿਖਾਈਆਂ ਕਿਉਂਕਿ ਜਦ ਪੁਲਿਸ ਸਟੇਸ਼ਨ ਤੁਹਾਨੂੰ ਲੈ ਕੇ ਗਏ ਇਹ ਕਿਸ ਤਰੀਕ ਦੀ ਗੱਲ ਹੈ ਪੱਖ ਪੁਲਿਸ ਨੇ ਸੁਣਿਆ ਹੀ ਨਹੀਂ ਜੀ ਮੈਂ ਕਹਿੰਦਾ ਮੈਂ ਮੇਰੇ ਨਾਲ ਤਾਂ ਉਹਨਾਂ ਨੇ ਗੱਲ ਵੀ ਨਹੀਂ ਕੀਤੀ ਜਦੋਂ ਉਹਨਾਂ ਨੇ ਨਾਮ ਦੱਸਿਆ ਵੀ ਇਹ ਮੈਂ ਕਿਹਾ ਹਾਂਜੀ ਸੀ ਰਿਲੇਸ਼ਨ 'ਚ ਆ ਮੈਂ ਕਿਹਾ ਮੇਰੇ ਫੋਨ ਦੇ ਉੱਪਰ ਵਾਲਪੇਪਰ ਲੱਗਿਆ ਹੋਇਆ ਸੀਗਾ ਉਹਦਾ ਮੈਂ ਕਿਹਾ ਦੇਖੋ ਜੀ ਕਹਿੰਦੇ ਯਾਰ ਅਸੀਂ ਥੋੜ੍ਹੀ ਕੁਛ ਕਹਿ ਸਕਦੇ ਹਾਂ ਕੋਈ ਜਾਇਆ ਰਾਤ ਨੂੰ ਪਰਚਾ ਕੱਟਿਆ ਸਵੇਰੇ ਕੋਰਟ 'ਚ ਪੇਸ਼ ਕਰਤਾ ਮੇਰੇ ਤਾਂ ਪੁਲਿਸ ਵਾਲਿਆਂ ਨੇ ਵੀ ਇੱਕ ਵਾਰ ਵੀ ਪੱਖ ਨਹੀਂ ਸੁਣਿਆ ਵੀ ਹਾਂ ਅਗਰ ਤੁਸੀਂ ਰਿਲੇਸ਼ਨ ਨੇ ਸੁਣਿਆ ਕੋਰਟ ਨੇ ਵੀ ਨਹੀਂ ਸੁਣਿਆ 4:30 ਵਜੇ ਮੈਨੂੰ ਪੇਸ਼ ਕੀਤਾ 5 ਵਜੇ ਦੇ ਕੋਰਟ ਦੀ ਬੰਦ ਹੋਣ ਦਾ ਟਾਈਮ ਹੁੰਦਾ ਹੈ ਉਹਨਾਂ ਨੇ 14 ਦਿਨ ਦੀ ਕਸਟਡੀ ਮੈਨੂੰ ਵੜੈਲ ਜੇਲ੍ਹ ਭੇਜਤਾ ਜੀ ਮੈਂ 13 ਤਰੀਕ ਨੂੰ ਵੜੈਲ ਜੇਲ੍ਹ ਗਿਆ ਇੱਕ ਰਾਤ 12 ਤਰੀਕ ਹੈ ਜਿਹੜੀ ਉਹ ਮੈਂ 11 ਥਾਣੇ ਕੱਟੀ ਹੈ ਜੀ 13 ਤਰੀਕ ਨੂੰ ਮੈਂ ਜੇਲ੍ਹ ਗਿਆ ਜੀ ਅਤੇ 25 ਨੂੰ
ਕੱਲੇ ਕੱਲੇ ਨਿਊਜ਼ ਪੇਪਰ ਵਾਲਿਆਂ ਨੇ ਖਬਰਾਂ ਲਾਈਆਂ ਵੀ ਸਿਮਰਨਜੀਤ ਸਿੰਘ ਜੱਸੜ ਰਣਜੀਤ ਨਗਰ ਦਾ ਰਹਿਣ ਵਾਲਾ ਹੈ, ਇਹਨੇ ਕੁੜੀ ਨੂੰ ਛੇੜਿਆ, ਇਹਨੇ ਕੁੜੀ ਨੂੰ ਹਰਾਸ ਕੀਤਾ ਹੈ, ਪਾਰਟੀਆਂ ਵਾਲੇ ਮੇਰੇ ਨਾਮ 'ਤੇ ਕੰਪੇਨਿੰਗ ਕਰ ਰਹੇ ਆ ਵੀ ਆਹ NSOI ਦਾ ਪ੍ਰਧਾਨ ਤਾਂ ਦੇਖੋ ਜਿਹਨੇ ਕੁੜੀ ਛੇੜੀ ਤੀ ਜੀ, ਹੈ ਨਾ। ਕਿਸੇ ਨੂੰ ਇਹ ਨਹੀਂ ਪਤਾ ਜਿਹੜੀ ਮੇਰੇ ਨਾਲ 24 ਘੰਟੇ ਰਹਿੰਦੀ ਸੀਗੀ ਉਹਨੇ ਮੇਰੇ 'ਤੇ ਪਰਚਾ ਕਰਾਇਆ, ਜਿਨ੍ਹਾਂ ਦੇ ਘਰਾਂ ਮੈਂ ਸਟੇਅ ਕਰਦਾ ਸੀਗਾ ਉਹਨੇ ਮੇਰੇ 'ਤੇ ਪਰਚਾ ਕਰਾਇਆ ਜੀ। ਜਦੋਂ ਮੈਂ ਕਿਸੇ ਮੀਡੀਆ ਵਾਲੇ ਨੂੰ, ਮੈਂ ਯੂਨੀਵਰਸਿਟੀ ਦੇ ਪੇਜਾਂ ਵਾਲੇ ਨੂੰ ਕਿਹਾ ਕਿ ਹਾਂ ਯਾਰ ਮੇਰਾ ਪੱਖ ਸੁਣੋ, ਮੈਨੂੰ ਕਹਿੰਦੇ 15,000 ਰੁਪਏ ਲਵਾਂਗੇ ਤੇਰੀ ਇੰਟਰਵਿਊ ਲੈਣ ਦਾ। ਦੱਸੋ ਜੀ, ਜਿਸ ਦਿਨ ਉਹਨਾਂ ਨੇ ਪੇਜ 'ਤੇ ਫੋਟੋ ਪਾਈ ਤੀ ਉਸ ਦਿਨ ਮੈਨੂੰ ਪੁੱਛਿਆ ਸੀਗਾ ਜੇਲ੍ਹ 'ਚ ਬੈਠੇ ਨੂੰ ਕਿ ਮੇਰੇ ਮਾਂ ਬਾਪ ਨੂੰ ਪੁੱਛਿਆ ਸੀਗਾ ਜੀ ਵੀ ਹਾਂ ਤੁਹਾਡੇ ਪੁੱਤ ਦੇ ਉੱਪਰ ਆਹ ਐਲੀਗੇਸ਼ਨ ਲੱਗਿਆ ਜੀ, ਇਹ ਸਹੀ ਹੈ ਜਾਂ ਤੁਸੀਂ ਕੋਈ ਸਪਸ਼ਟੀਕਰਨ ਦੇਣਾ ਚਾਹੋਗੇ। ਜਦੋਂ ਮੈਂ ਬਾਹਰ ਆ ਕੇ ਆਪਣਾ ਪੱਖ ਰੱਖਣ ਦੀ ਕੋਸ਼ਿਸ਼ ਕੀਤੀ ਉਦੋਂ ਮੇਰੀ ਸੁਣੀ ਹੋ ਨਹੀਂ ਕਿਸੇ ਨੇ ਜੀ। ਅੱਜ ਤੁਸੀਂ ਸੋਸ਼ਲ ਮੀਡੀਆ ਰਾਹੀਂ ਹੀ ਸਾਡੇ ਚੈਨਲ ਦੇ ਰਾਹੀਂ ਤੁਸੀਂ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਤੁਸੀਂ ਦੱਸਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਕਈ ਵਾਰ ਕੁੜੀਆਂ ਗਲਤ ਵੀ ਹੁੰਦੀਆਂ ਨੇ ਅਤੇ ਉਸਦਾ ਖਾਮੀਆਜ਼ਾ ਮੁੰਡੇ ਨੂੰ ਭੁਗਤਣਾ ਪੈਂਦਾ। ਤੁਸੀਂ ਪੈਸੇ ਵੀ ਲਾਏ, ਸਮਾਂ ਵੀ ਲਾਇਆ, ਦਿਲ ਵੀ ਲਾਇਆ ਅਤੇ ਆਈ ਥਿੰਕ 14 ਦਿਨ ਜੇਲ੍ਹ ਵੀ ਲਾਈ। ਮੈਮ ਮੈਂ ਤਾਂ ਅੱਜ ਵੀ ਉਸ ਕੁੜੀ ਦਾ ਨਾਮ ਨਹੀਂ ਲੈ ਰਿਹਾ ਕਿਤੇ ਵੀ, ਕਿਉਂਕਿ ਉਹਦੀ ਇੱਜ਼ਤ ਕਿਤੇ ਖਰਾਬ ਨਾ ਹੋਵੇ। ਬਟ ਜਿਹੜੀ ਮੇਰੀ ਇੱਜ਼ਤ ਹੈ ਉਹਨੇ ਇੱਕ ਵਾਰ ਨਹੀਂ ਸੋਚਿਆ, ਮੇਰੇ ਨਾਲ 24 ਘੰਟੇ ਰਹਿੰਦੀ ਹੁੰਦੀ ਸੀਗੀ, ਉਹਦੀ ਭੈਣ, ਉਹਦਾ ਭਰਾ, ਉਹਦੀ ਮਦਰ ਤੱਕ ਅਸੀਂ ਇਕੱਠੇ ਘੁੰਮਣ ਜਾਂਦੇ ਸੀਗੇ, ਮੌਲਸ ਦੇ ਵਿੱਚ ਸ਼ੋਪਿੰਗਾਂ ਕੀਤੀਆਂ ਏ, ਸਾਰੇ ਪਰਿਵਾਰ ਨੂੰ ਖਿਲਾਇਆ ਪਿਲਾਇਆ ਨਾਲ ਰਿਹਾ ਏ, ਹੈ ਨਾ, ਉਹਨਾਂ ਦੇ ਘਰੇ ਸਟੇਅ ਕਰਦਾ ਰਿਹਾ ਜੀ। ਉਹਨਾਂ ਨੇ ਕੀ ਸੋਚਿਆ ਮੇਰੇ ਬਾਰੇ? ਮੇਰਾ ਬਾਹਰ ਆ ਕੇ ਦੱਸਣ ਦਾ ਮਕਸਦ ਸੀਗਾ ਕਿ ਹਾਂ ਹਰ ਜਗ੍ਹਾ ਮੁੰਡੇ ਹੀ ਨਹੀਂ ਗਲਤ ਹੁੰਦੇ। ਜਿੱਥੋਂ ਮੇਰਾ ਜਿਹੜਾ ਸਭ ਤੋਂ ਜ਼ਿਆਦਾ ਨਾਮ ਲਿਆ ਵੀ NSOI ਦਾ ਪਾਰਟੀ ਪ੍ਰਧਾਨ ਸੀਗਾ ਜੀ, ਇਹਨੇ ਇਹ ਚੀਜ਼ ਕੀਤੀ ਹੈ ਜੀ, ਇਹਨੇ ਕੁੜੀ ਛੇੜਤੀ। ਕਿਸੇ ਨੇ ਮੇਰਾ ਪੱਖ ਸੁਣਿਆ ਬਾਹਰ ਆਏ ਦਾ ਵੀ ਯਾਰ ਹਾਂ ਤੂੰ ਦੱਸ ਯਾਰ ਤੇਰੇ ਨਾਲ ਹੋਇਆ ਕੀ ਹੈ, ਕੁੜੀ ਨੂੰ ਲਾਤਾ ਵੀ ਹਾਂ ਵੀ ਕੁੜੀ ਨੇ ਜਿਹੜਾ ਇਹ 'ਤੇ ਪਰਚਾ ਕਰਾਇਆ ਵੀ ਇਹਨੇ ਛੇੜਛਾੜ ਕੀਤੀ ਹੈ, ਬਸ ਗੱਲ ਕਰਨ। ਕੁੜੀ ਨੇ ਬਿਆਨਾਂ 'ਚ ਲਿਖਾਇਆ ਅਸੀਂ ਤਾਂ ਸਿਰਫ ਇਲੈਕਸ਼ਨਾਂ 'ਚ ਇੱਕ ਦੋ ਅਸੀਂ ਮਿਲੇ ਸੀਗੇ, ਸਾਡੀ ਨੋਰਮਲੀ ਜਾਣ ਪਛਾਣ ਸੀਗੀ ਜੀ। ਨੋਰਮਲੀ ਜਾਣ ਪਛਾਣ ਕਿਹੜੀ ਸੀਗੀ? ਜਦੋਂ ਫੈਮਲੀਆਂ ਤੱਕ ਇੱਕ ਦੂਜੇ ਨਾਲ ਵਰਤਣ ਲੱਗ ਗਈਆਂ ਜੀ, ਤਾਂ ਰਿਸ਼ਤਿਆਂ ਦੀਆਂ ਗੱਲਾਂ ਕਰਨ ਲੱਗ ਗਏ ਆਪਾਂ, ਉਦੋਂ ਨੋਰਮਲੀ ਜਾਣ ਪਛਾਣ ਹੋਊਗੀ ਜੀ। ਸਭ ਤੋਂ ਵੱਡੀ ਗੱਲ ਹੈਗੀ ਜੋ ਬੀਤੀ ਇਹਨਾਂ 'ਤੇ, ਇਹਨਾਂ ਨੇ ਸਮਾਂ ਵੀ ਲਾਇਆ, ਦਿਲ ਵੀ ਲਾਇਆ, ਪੈਸੇ ਵੀ ਲਾਏ, ਲੇਕਿਨ ਐਂਡ ਦੇ ਵਿਚਕਾਰ ਧੋਖਾ ਮਿਲ ਗਿਆ। ਧੋਖਾ ਵੀ ਅਜਿਹਾ ਕਿ ਜੇਲ੍ਹ ਜਾਣਾ ਪੈ ਗਿਆ, 14 ਦਿਨ ਦੀ ਜੇਲ੍ਹ ਕੱਟ ਕੇ ਆਏ ਨੇ। ਲੇਕਿਨ ਸਭ ਤੋਂ ਵੱਡੀ ਗੱਲ ਇੱਥੇ ਸਿੱਖ ਦੀ ਹੈਗੀ ਹੈ, ਇਹ ਕਹਿੰਦੇ ਨੇ ਕਿ ਹਰ ਵਾਰ ਜੇ ਹੈ ਮੁੰਡੇ ਗਲਤ ਨਹੀਂ ਹੁੰਦੇ, ਕਈ ਵਾਰ ਕੁੜੀਆਂ ਵੀ ਗਲਤ ਹੁੰਦੀਆਂ, ਪੱਖ ਸੁਣਨਾ ਜ਼ਰੂਰੀ ਹੈਗਾ। ਲੇਕਿਨ ਤੁਸੀਂ ਇਸ ਕਹਾਣੀ ਤੋਂ ਕੀ ਸਿੱਖਦੇ ਹੋ ਇਹ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ। ਕੈਮਰਾਮੈਨ ਦੀਪਕ ਦੇ ਨਾਲ ਨੀਰੂ ਬਿਜਲਵਾਨ, ਦੈਨਿਕ ਸਵੇਰਾ TV।